हेलो एवरीवन वेलकम और वेलकम बैक टू माय चैनल बीए सेमेस्टर 1 पॉलिटिकल साइंस दी वीडियो सीरीज ਦੇ ਵਿੱਚ ਸ਼ਾਰਟ ਕੁਐਸਚਨ ਆਪਾਂ ਸਟਾਰਟ ਕੀਤੇ ਹੋਏ ਆ ਪਹਿਲੇ ਪੰਜ ਪਾਠਾਂ ਦੇ ਸ਼ਾਰਟ ਕੁਐਸ਼ਨ ਆਪਾਂ ਕਰ ਚੁੱਕੇ ਹਾਂ ਅੱਜ ਆਪਾਂ ਕਰਾਂਗੇ 6ਵੇਂ ਤੋਂ 10ਵੇਂ ਤੱਕ ਦੇ ਚੈਪਟਰ ਦੇ ਇੰਪੋਰਟੈਂਟ ਕੁਐਸ਼ਨ ਲੌਂਗ ਕੁਐਸ਼ਨ ਮੇਰੇ ਚੈਨਲ ਦੇ ਉੱਤੇ ਹੈਂਡ ਰਿਟਨ ਨੋਟਸ ਦੇ ਵਿੱਚ ਅਵੇਲੇਬਲ ਆ ਸੋ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਾਂਗੀ ਤੁਸੀਂ ਪਲੇਲਿਸਟ ਵਿੱਚ ਜਾ ਕੇ ਸਰਚ ਕਰ ਸਕਦੇ ਹੋ ਬਹੁਤ ਸਾਰੇ ਬੱਚੇ ਐਸੇ ਆ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਉਹ ਬਾਰ-ਬਾਰ ਕਮੈਂਟ ਕਰ ਰਹੇ ਨੇ ਕਿ ਮੈਡਮ ਪੋਲੀਟੀਕਲ ਸਾਇੰਸ ਸਟਾਰਟ ਕਰ ਦਿਓ ਸਟਾਰਟ ਆਪਾ ਆਲਰੇਡੀ ਕੀਤੀ ਹੋਈ ਐ ਸਿਰਫ ਦੋ ਕੁ ਕਨਸੈਪਟ ਲੌਂਗ ਵਾਲੇ ਚ ਰਹਿ ਗਏ ਨੇ ਸ਼ਾਰਟ ਕੁਐਸ਼ਨ ਤਾਂ ਅੱਜ ਆਪਾਂ ਕਵਰ ਕਰ ਲੈਣੇ ਆ ਉਹ ਬਿਕੋਜ਼ ਸەم 1 ਵਾਲੇ ਬੱਚੇ ਜਿਹੜੇ ਨੇ ਉਹ ਆਪਣੇ ਕੋਲੇ ਇਸ ਵਾਰ ਘਟ ਹੈ ਠੀਕ ਹੈ ਸੋ ਸਟਾਰਟ ਕਰਦੇ ਹਾਂ ਰਾਜ ਦੀ ਉਤਪਤੀ ਦਾ ਇਤਿਹਾਸਕ ਵਿਕਾਸਵਾਦੀ ਸਿਧਾਂਤ ਹੁਣ ਦੇਖੋ ਜਿਹੜਾ ਰਾਜ ਹੈ ਇਹ ਵਿਕਾਸ ਦਾ ਨਤੀਜਾ ਹੈ ਇਸ ਨੂੰ ਕਿਸੇ ਨੇ ਬਣਾਇਆ ਨਹੀਂ ਹੈ ਨਿਰਮਾਣ ਨਹੀਂ ਜਿਹਾ ਕੀਤਾ ਕਿ ਹਾਂ ਅੱਜ ਆਪਾਂ ਰਾਜ ਬਣਾਨੇ ਆ ਨਹੀਂ ਠੀਕ ਹੈ ਆਪਾਂ ਕੋਈ ਮਸ਼ੀਨ ਨਹੀਂ ਚੱਕੀ ਕਿ ਆਪਾਂ ਰਾਜ ਬਣਾਨੇ ਆ ਜਾਂ ਪ੍ਰਾਂਤ ਬਣਾਨੇ ਆ ਜਾਂ ਸੂਬਾ ਬਣਾਨੇ ਆ ਐਸਾ ਕੁਝ ਨਹੀਂ ਹੈ ਤਾਂ ਰਾਜ ਵੀ ਜਿਹੜਾ ਹੈ ਇਹ ਆਪਣੇ ਆਪ ਖੋਂਦ ਚ ਆਇਆ ਹੈ ਇਸ ਨੂੰ ਕਿਸੇ ਨੇ ਨਹੀਂ ਬਣਾਇਆ ਰਾਜ ਕਿਸੇ ਸਮਝੌਤੇ ਦਾ ਸਿੱਟਾ ਵੀ ਨਹੀਂ ਹੈਗਾ ਰਾਜ ਇੱਕ ਨਕਲੀ ਸੰਸਥਾ ਵੀ ਨਹੀਂ ਹੈਗੀ ਇਹ ਜਿਹੜੀ ਹੈ ਕੁਦਰਤੀ ਸੰਸਥਾ ਹੈ ਜੀਜ਼ਾ ਜਿਹੜਾ ਹੈ ਵਿਕਾਸ ਆਪ ਹੀ ਹੋ ਰਿਹਾ ਹੈ ਇਹ ਜਿਹੜਾ ਹੈ originated ਵੀ ਜਿਹੜਾ ਹੈ ਖੁਦੀ ਹੋਇਆ ਹੈ ਪਹਿਲਾਂ ਕੀ ਹੁੰਦਾ ਸੀਗਾ ਸਮਾਜ ਦੇ ਵਿੱਚ ਬਹੁਤ ਘੱਟ ਲੋਕ ਹੁੰਦੇ ਸੀ ਤਾਂ ਉਹ ਕੀ ਕਰਦੇ ਸੀ ਸਾਰੇ ਕਿਤੇ ਘੁੰਮਦੇ ਰਹਿੰਦੇ ਸੀ ਹੌਲੀ ਹੌਲੀ ਜਦੋਂ ਸਮਾਜ ਵੱਡਾ ਹੋਣਾ ਸ਼ੁਰੂ ਹੋ ਗਿਆ ਤਾਂ ਜਿਹੜਾ ਲੋਕ ਲੋਕ ਸੀਗੇ ਉਹਨਾਂ ਨੇ ਆਪਣੀ ਹੱਦਬੰਦੀ ਘਾਲ ਲਈ ਠੀਕ ਹੈ ਤਾਂ ਇਸ ਨੂੰ ਜਿਹੜਾ ਹੈ ਰਾਜ ਕਿਹਾ ਗਿਆ ਵਿਕਾਸਵਾਦੀ ਸਿਧਾਂਤ ਹੈ ਇਸ ਦਾ ਠੀਕ ਹੈ ਵਿਕਾਸ ਦੇ ਨਾਲ ਹੌਲੀ-ਹੌਲੀ ਕਿਉਂਕਿ ਆਪਣਾ ਵਿਕਾਸ ਹੋਇਆ ਪਹਿਲਾਂ ਆਪਾਂ ਜਿਹੜੇ ਸੀਗੇ ਉਹ ਘਟ ਹੁੰਦੇ ਸੀ ਮਨੁੱਖ ਜਿਹੜੇ ਹੁੰਦੇ ਸੀ ਘਟ ਹੁੰਦੇ ਸੀ ਹੌਲੀ-ਹੌਲੀ ਜਦੋਂ ਮਨੁੱਖ ਵਿਕਸਿਤ ਹੋ ਗਏ ਬਹੁਤ ਜਿਆਦਾ ਹੋ ਗਏ ਤਾਂ ਜਿਹੜਾ ਸੀ ਵਿਕਾਸ ਕਰ ਕਰਕੇ ਜਿਹੜੇ ਹੈ ਆਪਾਂ ਨੇ ਆਪਣੇ ਰਾਜ ਜਿਹੜੇ ਸੀਗੇ ਉਹ ਆਪਣੀ ਬਾਉਂਡਰੀਜ਼ ਜਿਹੜੀਆਂ ਸੀ ਰੱਖ ਦਿੱਤੀਆਂ ਠੀਕ ਹੈ ਵਿਕਾਸਵਾਦੀ ਸਿਧਾਂਤ ਅਨੁਸਾਰ ਰਾਜ ਸਦਾ ਸਾਡੇ ਨਾਲ ਰਿਹਾ ਹੈ ਭਾਵੇਂ ਕਿਵੇਂ ਦਾ ਵੀ ਹੋਵੇ ਪਹਿਲਾਂ ਕੀ ਹੁੰਦੇ ਸੀ ਰਾਜਿਆਂ ਦਾ ਰਾਜ ਹੁੰਦਾ ਸੀਗਾ ਠੀਕ ਹੈ ਉਹਨਾਂ ਦੀਆਂ ਪੋਲੀਟੀਕਲ ਬਾਉਂਡਰੀਜ਼ ਹੁੰਦੀਆਂ ਸੀਗੀਆਂ ਤਾ ਕੋਈ ਵੀ ਐਸੀ ਉਦਾਹਰਣ ਨਹੀਂ ਮਿਲਦੀ ਜਦੋਂ ਆਦਮੀ ਰਾਜ ਦੇ ਬਿਨਾ ਰਿਆ ਹੋਵੇ ਜਦੋਂ ਤੋਂ ਇਤਿਹਾਸ ਲਿਖਿਆ ਗਿਆ ਇਤਿਹਾਸ ਤੋਂ ਪਹਿਲਾਂ ਦੀਆਂ ਤਾਂ ਗੱਲਾਂ ਹੀ ਹੋ ਰਿਆ ਹਨ ਤਾਂ ਲੀਕੋਕ ਕਹਿ ਰਹੇ ਨੇ ਕਿ ਰਾਜ ਦੀ ਉਤਪਤੀ ਵਿਕਾਸ ਦੇ ਆਧਾਰ ਦੇ ਉੱਤੇ ਹੋਈ ਹੈ ਅਤੇ ਆਦਮੀਆਂ ਦੇ ਇਤਿਹਾਸ ਆਦਮੀਆਂ ਦੇ ਗਿਆਤ ਤੋਂ ਅਗਿਆਤ ਕਾਲ ਤੱਕ ਫੈਲਿਆ ਹੋਇਆ ਰਾਜ ਦੀ ਉਤਪਤੀ ਦੇ ਵਿੱਚ ਹੇਠ ਲਿਖੇ ਤੱਤ ਨੇ ਇੱਕ ਤਾਂ ਕੁਦਰਤੀ ਸਮਾਜਿਕ ਪ੍ਰੇਰਣਾ ਇੱਕ ਖੂਨ ਦਾ ਰਿਸ਼ਤਾ ਧਰਮ ਸ਼ਕਤੀ ਆਰਥਿਕ ਸਰਗਰਮੀਆਂ ਇਕਨੋਮਿਕ ਐਕਟੀਵਿਟੀਆਂ ਉਸਨੇ ਕੀਤੀਆਂ ਨੇ ਪੋਲੀਟੀਕਲ ਕੌਨਸ਼ੀਅਸਨੈਸ ਯਾਨੀ ਕਿ ਰਾਜਨੀਤਿਕ ਚੇਤਨਾ ਜਦੋਂ ਉਸ ਚ ਆ ਗਈ ਤਾਂ ਜਿਹੜਾ ਹੈ ਇਹ ਤਤ ਇਸ ਦੇ ਜਿਵੇਂ ਮਾਰਨੇ ਕਿ ਜਦੋਂ ਮਨੁੱਖ ਦੇ ਅੰਦਰ ਰਾਜਨੀਤਿਕ ਚੇਤਨਾ ਆ ਗਈ ਕਿ ਆ ਮੇਰਾ ਹੈ ਤੇ ਆਹ ਜਿਹੜਾ ਹੈ ਤੁਹਾਡਾ ਔਰ ਜਿਹੜਾ ਜ਼ਿਆਦਾ ਤਾਕਤਵਰ ਹੈ ਉਹ ਰਾਜ ਕਰੇਗਾ ਠੀਕ ਹੈ ਸੋ ਰਾਜ ਦੀ ਉਤਪਤੀ ਵਿੱਚ ਖੂਨ ਦੇ ਰਿਸ਼ਤੇ ਸੋ ਇਹ ਨਾ ਇੰਪੋਰਟੈਂਟ ਨਹੀਂ ਹੈਗਾ ਉਸ ਤੋਂ ਬਾਅਦ ਚ ਸ਼ਕਤੀ ਦੀ ਕੀ ਭੂਮਿਕਾ ਦਾ ਰਾਜ ਦੇ ਵਿੱਚ ਸ਼ਕਤੀ ਜਿਹੜਾ ਹੈ ਇੱਕ ਇੰਪੋਰਟੈਂਟ ਕਨਸੈਪਟ ਹੈ ਸ਼ਕਤੀ ਨੇ ਰਾਜ ਦੀ ਉਤਪਤੀ ਵਿੱਚ ਮਹਾਨ ਹਿੱਸਾ ਪਾਇਆ ਜਦੋਂ ਖੂਨ ਦਾ ਰਿਸ਼ਤਾ ਅਤੇ ਧਰਮ ਇਕਤਾ ਬਣਾਉਣ ਦੇ ਵਿੱਚ ਸਫਲ ਰਹੇ ਤਾਂ ਸ਼ਕਤੀ ਦੀ ਵਰਤੋਂ ਕੀਤੀ ਗਈ ਠੀਕ ਹੈ ਸ਼ਕਤੀ ਦੇ ਨਾਲ ਕੀ ਹੋਇਆ ਵੱਖ-ਵੱਖ ਧਰਮਾਂ ਦੇ ਲੋਕ ਲੋਕਾਂ ਨੂੰ ਇਕਤਾ 'ਚ ਪਰੋਣ ਲਈ ਸ਼ਕਤੀ ਦਾ ਬਹੁਤ ਜਿਹੜਾ ਹੈ ਹਿੱਸਾ ਪਾਇਆ ਗਿਆ ਪਹਿਲਾਂ ਕਬੀਲਿਆਂ 'ਚ ਆਪਸੀ ਯੁੱਧ ਹੋ ਜਾਂਦੇ ਸੀ ਹਰ ਕਬੀਲੇ ਦਾ ਆਪਣਾ ਸਰਦਾਰ ਹੁੰਦਾ ਸੀ ਜਿਹੜਾ ਬਲਵਾਨ ਹੁੰਦਾ ਸੀ ਉਹ ਕਮਜ਼ੋਰ ਨੂੰ ਹਰਾ ਕੇ ਜਿਹੜਾ ਸੀ ਉਹ ਆਪਣੇ ਅਧੀਨ ਕਰ ਲੈਂਦਾ ਸੀ ਅਤੇ ਜਿਹੜਾ ਜਿੱਤਦਾ ਹੁੰਦਾ ਸੀ ਸਰਦਾਰ ਬਣ ਜਾਂਦਾ ਸੀ ਤਾਂ ਯੁੱਧ ਨੇ ਰਾਜੇ ਨੂੰ ਜਨਮ ਦਿੱਤਾ ਸ਼ਕਤੀ ਦੇ ਨਾਲ ਹੀ ਜਿਹੜਾ ਸੀ ਕਿਉਂਕਿ ਰਾਜੇ ਵੀ ਰਾਜ ਕਰਦੇ ਸੀ ਤੇ ਸ਼ਕਤੀ ਦੇ ਨਾਲ ਹੀ ਕਰਦੇ ਸੀ ਤਾਂ ਸ਼ਾਂਤੀ ਕਾਇਮ ਕਰਨ ਲਈ ਕਬੀਲਿਆਂ ਦੇ ਵਿੱਚ ਸ਼ਕਤੀ ਦੀ ਵਰਤੋਂ ਜਿਹੜੀ ਸੀ ਕੀਤੀ ਜਾਂਦੀ ਸੀ ਵੱਡੇ ਵੱਡੇ ਰਾਜਾਂ ਦੀ ਸਥਾਪਨਾ ਦਾ ਆਧਾਰ ਵੀ ਜਿਹੜੀ ਸੀ ਸ਼ਕਤੀ ਤਾਂ ਇੰਗਲੈਂਡ ਦੀ ਸ਼ਕਤੀ ਨੇ ਵੀ ਬਹੁਤ ਵੱਡੇ ਸਾਮਰਾਜੀ ਸਥਾਪਨਾ ਕੀਤੀ ਤਾਂ ਮਤਲਬ ਸ਼ਕਤੀ ਜਿਹੜੀ ਹੈ ਰਾਜ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਇਹ ਪ੍ਰੀਵੀਅਸ ਟਾਈਮਸ ਤੋਂ ਹੀ ਯੂਜ਼ ਕੀਤੀ ਜਾਂਦੀ ਰਹੀ ਹੈ ਰਾਜਨੀਤਿਕ ਚੇਤਨਾ ਦੀ ਕੀ ਜੜੀ ਹੈਗੀ ਆ ਭੂਮਿਕਾ ਤਾਂ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਕਿ ਰਾਜਨੀਤਿਕ ਚੇਤਨਾ ਤਾਂ ਰਾਜ ਦੀ ਉਤਪਤੀ ਲਈ ਰਾਜਨੀਤਿਕ ਚੇਤਨਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਾਂ ਸਾਨੂੰ ਇਹ ਚੀਜ਼ ਚਾਹੀਦੀ ਹੈ ਸਾਡੇ ਅੰਦਰ ਪੋਲਿਟੀਕਲ ਕੌਨਸ਼ੀਅਸਨੈਸ ਹੋਣੀ ਚਾਹੀਦੀ ਹੈ ਰਾਜਨੀਤਿਕ ਚੇਤਨਾ ਦਾ ਕੀ ਅਰਥ ਹੈ ਉਹਨਾਂ ਉਦੇਸ਼ਾਂ ਦਾ ਗਿਆਨ ਜਿਸ ਦੀ ਪੂਰਤੀ ਰਾਜਸੀ ਸੰਸਥਾਵਾਂ ਦੇ ਦੁਆਰਾ ਹੁੰਦੀ ਹੈ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਗਰ ਅਸੀਂ ਸ਼ਕਤੀ ਚਾਵਾਂਗੇ ਰਾਜ ਚਾਵਾਂਗੇ ਤਾਂ ਸਾਨੂੰ ਕੀ ਚਾਹੀਦਾ ਹੈ ਰਾਤੀ ਚੇਤਨਾ ਆਉਣ ਦੇ ਨਾਲ ਰਾਜ ਦੀ ਉਤਪਤੀ ਹੋਈ ਹੈ ਜਦੋਂ ਆਦਮੀਆਂ ਨੇ ਮਹਿਸੂਸ ਕਰਨਾ ਸ਼ੁਰੂ ਕਰਤਾ ਕਿ ਜੰਗਲੀ ਪਸ਼ੂ ਤੋਂ ਪਚਣ ਲਈ ਸੰਗਠਿਤ ਹੋਣਾ ਜ਼ਰੂਰੀ ਹੈ ਠੀਕ ਹੈ ਕਿ ਅਸੀਂ ਜਿਹੜਾ ਹੈ ਇਕੱਠੇ ਰਹੀਏ ਤਾਂ ਸਾਡੇ ਦੇ ਕੋਈ ਜਾਨਵਰ ਹਮਲਾ ਨਾ ਕਰੇ ਸਾਡੇ ਅੰਦਰ ਪੋਲੀਟੀਕਲ ਕੌਨਸ਼ੀਅਸਨੈਸ ਆਈ ਖੇਤੀ ਕਰਨੀ ਸ਼ੁਰੂ ਕੀਤੀ ਸੰਪਤੀ ਦਾ ਵਿਕਾਸ ਕੀਤਾ ਫਿਰ ਸਾਨੂੰ ਲੱਗਿਆ ਕਿ ਕਾਨੂੰਨ ਬਣਾਉਣੇ ਚਾਹੀਦੇ ਨੇ ਕਾਨੂੰਨ ਔਰਲ ਹੋਗੇ ਫਿਰ ਸਾਨੂੰ ਮਹਿਸੂਸ ਹੋਇਆ ਕਿ ਭਈ ਔਰਲ ਨਹੀਂ ਚਾਹੀਦੇ ਰਿਟਨ ਹੋਣੇ ਚਾਹੀਦੇ ਆ ਤਾਂ ਜਿਹੜਾ ਹੈ ਹੌਲੀ-ਹੌਲੀ ਅਸੀਂ ਸੰਵਿਧਾਨ ਦੀ ਜਿਹੜੀ ਹੈ ਆ ਉਹ ਸੰਵਿਧਾਨ ਦੀ ਜਿਹੜੀ ਹੈਗੀ ਹੈ ਸੰਵਿਧਾਨ ਦੀ ਕ੍ਰिएशन ਕੀਤੀ ਉਦੇਸ਼ਾਂ ਦੀ ਪੂਰਤੀ ਲਈ ਉਹਨਾਂ ਨੇ ਅਜਿਹੀਆਂ ਸੰਸਥਾਵਾਂ ਦੀ ਲੋੜ ਜਿਹੜੀ ਸੀ ਉਹਨਾਂ ਨੂੰ ਮਹਿਸੂਸ ਹੋਈ ਜਿਦੇ ਵਿੱਚ ਕਾਨੂੰਨ ਦਾ ਨਿਰਮਾਣ ਅਤੇ ਲਾਗੂ ਕਰਨ ਦੀ ਵੀ ਜਿਹੜੀ ਹੈ ਚੀਜ਼ ਹੋਵੇ ਤਾਂ ਰਾਜ ਦਾ ਜਨਮ ਜਿਹੜਾ ਹੈ ਚੇਤਨਾ ਦੀ ਉਤਪਤੀ ਕਰਕੇ ਹੋਇਆ ਉਸ ਤੋਂ ਬਾਅਦ ਆਪਾਂ B ਜਿਹੜਾ ਹੈ ਸੈਕਸ਼ਨ B ਦਾ 7th ਚੈਪਟਰ ਕਰਾਂਗੇ ਰਾਜ ਦੇ ਕੰਮਾਂ ਦਾ ਉਦਾਰਵਾਦੀ ਸਿਧਾਂਤ ਇੰਪੋਰਟੈਂਟ ਕੁਐਸਚਨ ਹੈ ਪਰੰਪਰਾਵਾਦੀ ਜਾਂ ਨਕਾਰਾਤਮਕ ਉਦਾਰਵਾਦੀਆਂ ਅਨੁਸਾਰ ਰਾਜ ਦੇ ਕੀ ਕੰਮ ਹੁੰਦੇ ਨੇ ਇਹ ਹੈ ਆਪਣੇ ਪਰੰਪਰਾਵਾਦੀ ਅਤੇ ਨਕਾਰਾਤਮਕ ਉਦਾਰਵਾਦੀਆਂ ਦੇ ਪਰਸਪੈਕਟਿਵ ਤੋਂ ਆਪਾਂ ਜਿਹੜਾ ਹੈ ਕਰਾਂਗੇ ਤਾਂ ਜਿਹੜੇ 네ਗੇਟਿਵ ਲਿਬਰਲਿਜ਼ਮ ਨੇ ਜਾਂ ਫਿਰ ਜਿਹੜਾ ਆਪਾਂ ਕਹਿ ਸਕਦੇ ਆ ਪਰੰਪਰਾਗਤ ਦ੍ਰਿਸ਼ਟੀਕੋਣ ਵਾਲੇ ਨੇ ਇਹਨਾਂ ਨੂੰ ਹੀ ਜਿਹੜਾ ਹੈ 네ਗੇਟਿਵ ਲਿਬਰਲਿਜ਼ਮ ਵਿਅਕਤੀਵਾਦ ਜਾਂ ਫਿਰ ਲੈਸੇ ਲੈਸੇਫੇਅਰ ਦਾ ਸਿਧਾਂਤ ਕਿਹਾ ਜਾਂਦਾ ਹੈ ਅਗਰ ਤੁਹਾਨੂੰ ਕੋਸ਼ਚਨ ਆ ਜੇ ਕਿ ਲੈਸੇ ਫੇਅਰ ਜਿਹੜਾ ਹੈ ਇਹ ਥਿਉਰੀ ਕਿਹੜੀ ਹੈ ਤਾਂ ਆਪਾਂ ਨੇ ਆਹੀ ਵਾਲੀ ਥਿਉਰੀ ਜਿਹੜੀ ਹੈ ਲਿਖ ਕੇ ਆਉਣੀ ਆ ਤਾਂ ਨਕਾਰਾਤਮਕ ਉਦਾਰਵਾਦੀ ਰਾਜ ਦੇ ਕੰਮਾਂ ਨੂੰ ਸੀਮਿਤ ਕਰਨਾ ਚਾਹੁੰਦੇ ਨੇ ਫਰੀ ਮੈਨ ਦਾ ਕਹਿਣਾ ਹੈ ਕਿ ਉਹੀ ਸਰਕਾਰ ਸਭ ਤੋਂ ਚੰਗੀ ਹੈ ਜਿਹੜੀ ਘੱਟ ਤੋਂ ਘੱਟ ਸ਼ਾਸਨ ਕਰੇ ਮਤਲਬ ਬਹੁਤ ਹੀ ਜ਼ਿਆਦਾ ਰਿਜਰਡ ਨਾ ਹੋਵੇ ਪਰੰਪਰਾਗਤ ਦ੍ਰਿਸ਼ਟੀਕੋਣ ਦੇ ਜਿਹੜੇ ਸਮਰਥਕ ਨੇ ਇਹ ਵੀ ਤੁਹਾਨੂੰ ਕੁਐਸਚਨ ਆ ਸਕਦਾ ਹੈ ਤਾਂ ਕਿਹੜੇ ਨੇ 3 ਜਾਂ 4 ਤਾਂ ਐਡਮ ਸਮਿਥ ਹਰਬਰਟ ਸਪੈਂਸਰ ਬੈਂਥਮ ਇਕ ਹੀ ਕਹਿੰਦੇ ਨੇ ਕਿ ਰਾਜ ਕਿਦਾਂ ਦਾ ਹੋਣਾ ਚਾਹੀਦਾ ਹੈ ਰਾਜ ਦੇ ਕੀ ਕੰਮ ਹੁੰਦੇ ਨੇ ਜੀਵਨ ਅਤੇ ਸੰਪਤੀ ਦੀ ਰੱਖਿਆ ਕਰਨੀ ਇਹ ਰਾਜ ਦਾ ਮਹੱਤਵਪੂਰਨ ਕੰਮ ਹੈ ਕਾਨੂੰਨ ਦੀ ਵਿਵਸਥਾ ਬਣਾ ਕੇ ਰੱਖਣੀ ਬਾਹਰੀ ਹਮਲੇ ਤੋਂ ਰਾਜ ਨੂੰ ਬਚਾਉਣਾ ਨਿਆਂ ਵਿਵਸਥਾ ਜਿਹੜੀ ਹੈ ਦੰਡ ਦੇਣਾ ਠੀਕ ਹੈ ਲੋਕਾਂ ਨੂੰ ਨਿਆਂ ਦੇਣਾ ਸੁਤੰਤਰ ਨਿਰਪੱਖ ਨਿਆਂਪਾਲਿਕਾ ਸੋ ਇਹ ਸਾਰਾ ਜਿਹੜਾ ਹੈ ਰਾਜ ਦਾ ਕੰਮ ਹੈ ਤਾਂ ਪਰੰਪਰਾਗਤ ਦ੍ਰਿਸ਼ਟੀਕੋਣ ਨੂੰ ਜਿਹੜਾ ਹੈ 네ਗੇਟਿਵ ਲਿਬਰਲਿਜ਼ਮ ਕਿਹਾ ਜਾਂਦਾ ਹੈ ਅਤੇ ਇਸ ਨੂੰ ਲੈਸਿਸ ਫੇਅਰ ਵੀ ਕਿਹਾ ਜਾਂਦਾ ਹੈ ਠੀਕ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਉਸ ਤੋਂ ਬਾਅਦ ਹੈ ਆਧੁਨਿਕ ਉਦਾਰਵਾਦੀ ਸੋ ਇਹ ਕਿਹੜੇ ਕੰਮ ਕਹਿੰਦੇ ਨੇ ਕਿ ਰਾਜ ਦੇ ਕਿਹੜੇ ਕੰਮ ਹੁੰਦੇ ਨੇ ਤਾਂ ਇਹ ਕਹਿੰਦੇ ਇਹ ਪਹਿਲੇ ਵਾਲਾ ਸੀਗਾ ਆਪਣਾ ਨਕਾਰਾਤਮਕ ਜਿਹੜੇ ਆਪਣੇ ਟ੍ਰੈਡੀਸ਼ਨਲ ਸੀ ਉਹ ਕੀ ਕਹਿੰਦੇ ਕਿ ਨਕਾਰਾਤਮਕ ਉਦਾਰਵਾਦ ਹੈ ਇਹ ਕਹਿੰਦੇ ਸਕਾਰਾਤਮਕ ਹੈ ਨਿਊ ਵਾਲੇ ਆਧੁਨਿਕ ਵਾਲੇ ਕੀ ਕਹਿ ਰਹੇ ਨੇ ਸਕਾਰਾਤਮਕ ਉਦਾਰਵਾਦ ਬਾਰੇ ਕਹਿ ਰਹੇ ਨੇ ਆਧੁਨਿਕ ਦ੍ਰਿਸ਼ਟੀਕੋਣ ਵਾਲੇ ਜਿਹੜੇ ਉਦਾਰਵਾਦੀ ਨੇ ਉਹ ਕੀ ਕਹਿ ਰਹੇ ਨੇ ਕਿ ਰਾਜ ਪੁਲਿਸ ਰਾਜ ਨਾ ਹੋ ਕੇ ਕਲਿਆਣਕਾਰੀ ਰਾਜ ਹੋਵੇ ਪਹਿਲਾਂ ਕੀ ਸੀ ਕਿ ਜਨਤਾ ਦੇ ਨੂੰ ਦੇਖਣਾ ਠੀਕ ਹੈ ਸੋ ਜਨਤਾ ਦਾ ਕਲਿਆਣ ਕਰਨਾ ਨਿਆਂ ਦੇਣਾ ਇਹ ਉਹ ਤਾਂ ਇੱਥੇ ਕੀ ਹੈ ਜੀਵਨ ਅਤੇ ਸੰਪਤੀ ਦੀ ਰੱਖਿਆ ਕਰਨੀ ਲੋਕਾਂ ਦੇ ਜੀਵਨ ਅਤੇ ਸੰਪਤੀ ਦੀ ਰੱਖਿਆ ਕਰਨੀ ਰਾਜ ਦਾ ਕੰਮ ਹੈ ਕਾਨੂੰਨ ਅਤੇ ਵਿਵਸਥਾ ਦੀ ਸਥਾਪਨਾ ਕਰਨੀ ਕਾਨੂੰਨ ਦਾ ਕੰਮ ਹੈ ਕਾਨੂੰਨ ਤੋੜਨ ਵਾਲਿਆਂ ਨੂੰ ਫੜਿਆ ਜਾਵੇ ਅਤੇ ਸਜ਼ਾ ਦਿੱਤੀ ਜਾਵੇ ਬਾਹਰੀ ਹਮਲਿਆਂ ਤੋਂ ਵੀ ਜਿਹੜਾ ਹੈ ਰਾਜੀ ਸੁਰੱਖਿਆ ਕਰਨੀ ਨਿਆਂ ਪ੍ਰਬੰਧ ਕਰਨਾ ਨਿਆਂ ਸੁਤੰਤਰ ਹੋਣਾ ਚਾਹੀਦਾ ਨਿਰਪੱਖ ਹੋਣਾ ਚਾਹੀਦਾ ਇਹ ਹੀ ਰਾਜ ਦਾ ਕੰਮ ਹੈ ਰਾਜ ਦੇ ਇੱਛਕ ਜਾਂ ਗੈਰ ਜ਼ਰੂਰੀ ਕੰਮ ਜਿਹੜੇ ਨੇ ਉਹ ਕਿਹੜੇ ਨੇ ਫਸਟ ਆਫ 올 ਤਾਂ ਸਿੱਖਿਆ ਦਾ ਪਸਾਰ ਕਰਨਾ ਰਾਜ ਦਾ ਇੱਛਕ ਅਤੇ ਗੈਰ ਜ਼ਰੂਰੀ ਕੰਮ ਹੈ ਇਹ ਵਰਤਮਾਨ ਰਾਜ ਦਾ ਮਹੱਤਵਪੂਰਨ ਕੰਮ ਸਿੱਖਿਆ ਦਾ ਪਸਾਰ ਕਰਨਾ ਹਰੇਕ ਰਾਜ ਦੇ ਵਿੱਚ ਸਕੂਲ ਕਾਲਜ ਯੂਨੀਵਰਸਿਟੀਆਂ ਜਿਹੜੀਆਂ ਨੇ ਖੋਲਣੀਆਂ ਨੇ ਤਾਂ ਇਹ ਜਿਹੜਾ ਹੈ ਇਸ ਦਾ ਗੈਰ ਜ਼ਰੂਰੀ ਕੰਮ ਹੈ ਸਿਹਤ ਅਤੇ ਸਫਾਈ ਦਾ ਪ੍ਰਬੰਧ ਕਰਨਾ ਨਾਗਰਿਕਾਂ ਦੀ ਸਿਹਤ ਚੰਗੀ ਹੋਵੇ ਹਸਪਤਾਲ ਹੋਣ ਗਰੀਬੀ ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਯਤਨ ਕਰਨਾ ਚੰਗੇ ਚੰਗੇ ਕੰਮ ਕਰਨਾ ਉਹਨਾਂ ਦਾ ਜੀਵਨ ਪੱਧਰ ਚੁੱਕਣ ਨੂੰ ਉਦਯੋਗ ਅਤੇ ਵਪਾਰ ਲਈ ਨਿਯਮ ਬਣਾਉਣੇ ਸੋ ਇਹ ਰਾਜ ਦਾ ਕੰਮ ਹੈ ਰਾਜ ਦੇ ਕਾਰਜ ਖੇਤਰ ਦੀਆਂ ਸੀਮਾਵਾਂ ਜਾਂ ਫਿਰ ਰਾਜ ਨੂੰ ਕੀ ਨਹੀਂ ਕਰਨਾ ਚਾਹੀਦਾ ਵਿਅਕਤੀਗਤ ਮਤ ਰਾਜ ਨੂੰ ਵਿਅਕਤੀ ਦੇ ਉੱਤੇ ਸੀਮਾਵਾਂ ਬਾਉਂਡੇਸ਼ਨਸ ਨਹੀਂ ਲਗਾਉਣੀਆਂ ਚਾਹੀਦੀਆਂ ਵਿਅਕਤੀ ਆਪਣੇ ਵਿਚਾਰ ਪ੍ਰਗਟ ਕਰੇ ਇਹ ਸੁਤੰਤਰਤਾ ਉਸ ਨੂੰ ਬੇ ਨੈਤਿਕਤਾ ਰਾਜ ਨੂੰ ਨਾਗਰਿਕਾਂ ਦੇ ਨੈਤਿਕਤਾ 'ਚ ਦਖਲ ਨਹੀਂ ਦੇਣਾ ਚਾਹੀਦਾ ਨੈਤਿਕਤਾ ਵਿਰੁੱਧ ਕਾਨੂੰਨ ਨਹੀਂ ਬਣਾਉਣਾ ਚਾਹੀਦਾ ਕਿ ਹਾਂ ਪਲੀਜ਼ ਕਹੋ ਸੌਰੀ ਕਹੋ ਐਸੇ ਵਿਰੁੱਧ ਕਾਨੂੰਨ ਨਹੀਂ ਹੋਣੇ ਚਾਹੀਦੇ ਰਿਲੀਜਨ ਧਰਮ ਦੀ ਪੂਰਨ ਸੁਤੰਤਰਤਾ ਵਿਅਕਤੀ ਨੂੰ ਦੇਣੀ ਚਾਹੀਦੀ ਹੈ ਰਾਜ ਦਾ ਆਪਣਾ ਕੋਈ ਧਰਮ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਕਿਸੇ ਨਾਲ ਭੇਦਭਾਵ ਕਰਨਾ ਚਾਹੀਦਾ ਧਰਮ ਨੂੰ ਲੈ ਕੇ ਰੀਤੀ ਰਿਵਾਜ ਰਾਜ ਨੂੰ ਲੋਕਾਂ ਦੇ ਰੀਤੀ ਰਿਵਾਜਾਂ ਵਿੱਚ ਵੀ ਦਖਲ ਨਹੀਂ ਦੇਣਾ ਚਾਹੀਦਾ ਉਸ ਤੋਂ ਬਾਅਦ ਹੈ ਪਰੰਪਰਾਵਾਦੀ ਉਦਾਰਵਾਦੀ ਜਿਹੜੇ ਨੇ ਉਹ ਰਾਜ ਨੂੰ ਇੱਕ ਜ਼ਰੂਰੀ ਬੁਰਾਈ ਕਿਉਂ ਮੰਨਦੇ ਆ ਤਾਂ ਫਿਰ ਇੱਕ ਕੁਸ਼ਨ ਆ ਸਕਦਾ ਰਾਜ ਇੱਕ ਜ਼ਰੂਰੀ ਬੁਰਾਈ ਕਿਉਂ ਹੈ ਪਰੰਪਰਾਵਾਦੀ ਉਦਾਰਵਾਦੀ ਕਿਹੜੇ-ਕਿਹੜੇ ਨੇ ਆਪਾਂ ਪਿੱਛੇ ਪੜੇ ਨੇ ਐਡਮ ਸਮਿਥ ਹੋ ਗਿਆ ਹਰਬਰਟ ਸਪੈਂਸਰ ਹੋ ਗਿਆ ਜான் ਲੋਕ ਹੋ ਗਿਆ ਜਰਮੀ ਵੈਂਥਮ ਹੋ ਗਿਆ ਇਹ ਕਹਿੰਦੇ ਨੇ ਕਿ ਰਾਜ ਨੂੰ ਵਿਅਕਤੀ ਦੇ ਕੰਮਾਂ 'ਚ ਦਖਲ ਨਹੀਂ ਦੇਣਾ ਚਾਹੀਦਾ ਉਸ ਨੂੰ ਖੁੱਲਾ ਛੱਡ ਦੇਣਾ ਚਾਹੀਦਾ ਉਹ ਆਪਣਾ ਕਲਿਆਣ ਕਰੇ ਇਹ ਪਰੰਪਰਾਵਾਦੀ ਕਹਿ ਰਹੇ ਨੇ ਵਿਅਕਤੀ ਨੂੰ ਜੀਵਨ ਸੁਤੰਤਰਤਾ ਤੇ ਸੰਪਤੀ ਦਾ ਅਧਿਕਾਰ ਜਿਹੜਾ ਹੈ ਦੇਣਾ ਚਾਹੀਦਾ ਅਤੇ ਰਾਜ ਨੂੰ ਇਹਨਾਂ ਅਧਿਕਾਰਾਂ ਦੀ ਰੱਖਿਆ ਤੇ ਕਾਨੂੰਨ ਦੀ ਵਿਵਸਥਾ ਜਿਹੜੀ ਹੈ ਸਥਾਪਨਾ ਕਰਨੀ ਚਾਹੀਦੀ ਹੈ ਇਹਨਾਂ ਵਿਚਾਰਕਾਂ ਦਾ ਮੰਨਣਾ ਹੈ ਕਿ ਰਾਜ ਨੂੰ ਕੇਵਲ ਬਾਹਰਲੇ ਹਮਰੇ ਤੋਂ ਨਾਗਰਿਕਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਕਾਨੂੰਨ ਵਿਵਸਥਾ ਕਰਨੀ ਚਾਹੀਦੀ ਹੈ ਪਰ ਜਿਹੜਾ ਹੈ ਉਸ ਤੇ ਰੋਕ ਕੋਈ ਨਹੀਂ ਲਗਾਉਣੀ ਚਾਹੀਦੀ ਸਿਰਫ ਉਸ ਨੂੰ ਬਚਾਉਣਾ ਚਾਹੀਦਾ ਹਰਬਰਟ ਸਪੈਂਸਰ ਵੀ ਕਹਿੰਦੇ ਰਾਜ ਇੱਕ ਜ਼ਰੂਰੀ ਬੁਰਾਈ ਹੈ ਰਾਜ ਇਹ ਹੀ ਬੁਰਾਈ ਹੈ ਜੀਜ਼ਾ ਹੋਣਾ ਜ਼ਰੂਰੀ ਹੈ ਪਰੰਤੂ ਇਹ ਰਾਜ ਨੂੰ ਕੋਈ ਸਕਾਰਾਤਮਕ ਕੰਮ ਨਹੀਂ ਦਿੰਦਾ ਇਸ ਵਿਚਾਰ ਦੇ ਅਨੁਸਾਰ ਰਾਜ ਨੂੰ ਚਾਹੀਦਾ ਕਿ ਉਹ ਲੋਕਾਂ ਨੂੰ ਖੁੱਲਾ ਛੱਡ ਦੇਵੇ ਅਤੇ ਉਹਨਾਂ ਤੇ ਕੋਈ ਬੰਦੀਸ਼ਾਂ ਨਾ ਲਾਵੇ ਰਾਜ ਨੂੰ ਘੱਟੋ-ਘੱਟ ਕੰਮ ਜਿਹੜੇ ਨੇ ਕਰਨੇ ਚਾਹੀਦੇ ਨੇ ਸਿਰਫ ਬਾਹਰੀ ਹਮਲਿਆਂ ਤੋਂ ਨਾਗਰਿਕਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ ਕਾਨੂੰਨ ਵਿਵਸਥਾ ਬਣਾ ਕੇ ਰੱਖਣੀ ਚਾਹੀਦੀ ਹੈ ਆਦਰਵਾਇਜ਼ ਉਸ ਨੂੰ ਵਿਅਕਤੀ ਨੂੰ ਖੁੱਲਾ ਛੱਡ ਦੇਣਾ ਚਾਹੀਦਾ ਹੈ ਕਲਿਆਣਕਾਰੀ ਰਾਜ ਤੋਂ ਤੁਹਾਡਾ ਕੀ ਭਾਵ ਹੈ ਕਲਿਆਣਕਾਰੀ ਦਾ ਮਤਲਬ ਦੇਖੋ ਨਾਮ ਤੋਂ ਹੀ ਸਪਸ਼ਟ ਹੈ ਕਿ ਕਲਿਆਣ ਕਰਨਾ ਜਨਤਾ ਦਾ ਜੀਵਨ ਸੁਖੀ ਬਣਾਉਣਾ ਖੁਸ਼ਹਾਲ ਬਣਾਉਣਾ ਸੋ ਤਾਂਕਿ ਜਿਹੜਾ ਹੈ ਵਿਅਕਤੀ ਆਪਣੇ ਵਿਅਕਤੀਤਵ ਦਾ ਵਿਕਾਸ ਕਰ ਸਕੇ ਸੋ ਕੈਂਟ ਦੇ ਸ਼ਬਦ ਅਨੁਸਾਰ ਕਲਿਆਣਕਾਰੀ ਰਾਜ ਉਹ ਹੈ ਜੋ ਆਪਣੇ ਨਾਗਰਿਕਾਂ ਨੂੰ ਵਿਸਤ੍ਰਿਤ ਯਾਨਕੀ ਬਹੁਤ ਸਾਰੀ ਮਾਤਰਾ ਵਿੱਚ ਸਮਾਜਿਕ ਸੇਵਾ ਪ੍ਰਦਾਨ ਕਰਦਾ ਹੈ ਕੈਂਟ ਦੇ ਅਨੁਸਾਰ ਸਮਾਜਿਕ ਸੇਵਾਵਾਂ ਜਿਵੇਂ ਕਿ ਸਿੱਖਿਆ ਪ੍ਰਦਾਨ ਕਰਨੀ ਸਿਹਤ ਪ੍ਰਦਾਨ ਕਰਨੀ ਬੇਰੋਜ਼ਗਾਰੀ ਬੁਢਾਪੇ ਲਈ ਪੈਨਸ਼ਨਾਂ ਵਗੈਰਾ ਦੇਣੀ ਤਾਂ ਉਹ ਕਲਿਆਣਕਾਰੀ ਰਾਜ ਹੈ ਤਾਂ ਹਰੇਕ ਰਾਜ ਨੂੰ ਕਲਿਆਣਕਾਰੀ ਹੋਣਾ ਚਾਹੀਦਾ ਹੈ ਕल्याणकारी ਰਾਜ ਦੇ ਉਦੇਸ਼ ਕੀ ਨੇ ਇੱਕ ਤਾਂ ਆਰਥਿਕ ਸੁਰੱਖਿਆ ਦੇਣੀ ਆਪਣੇ ਨਾਗਰਿਕਾਂ ਨੂੰ, ਰਾਜਨੀਤਿਕ ਸੁਰੱਖਿਆ, ਸਮਾਜਿਕ ਸੁਰੱਖਿਆ ਦੂਜੇ ਰਾਜਾਂ ਨਾਲ ਮਿੱਤਰਤਾ ਦੇ ਸਬੰਧ ਸਥਾਪਿਤ ਕਰਨੇ। ਹੁਣ ਆਰਥਿਕ ਸੁਰੱਖਿਆ ਦੇ ਵਿੱਚ ਕੀ ਹੈ? ਕल्याणकारी ਰਾਜ ਦਾ ਪਹਿਲਾ ਉਦੇਸ਼ ਹੈ ਆਪਣੇ ਨਾਗਰਿਕਾਂ ਨੂੰ ਆਪਣੇ ਨਾਗਰਿਕਾਂ ਦੀ ਆਰਥਿਕ ਦਸ਼ਾ ਦੇ ਵਿੱਚ ਸੁਧਾਰ ਕਰਨਾ। ਜਿੰਨੀ ਵੀ ਆਰਥਿਕ ਅਸਮਾਨਤਾ ਹੈ, ਇਨ ਇਕਵੈਲਿਟੀਜ਼ ਨੇ ਇਕਨੋਮਿਕ ਐਕਟੀਵਿਟੀਜ਼ ਨੂੰ ਲੈ ਕੇ ਦੂਰ ਕਰਨਾ, ਗਰੀਬੀ ਰੈਡੀਕੇਟ ਕਰਨੀ, ਘਟਾਉਣੀ। ਰਾਜਨੀਤਿਕ ਸੁਰੱਖਿਆ ਕਿਹੜੀ ਹੈ ਕਿ ਬਰਾਬਰ ਉਸ ਨੂੰ ਜਿਹੜਾ ਹੈ ਵੋਟ ਪਾਉਣ ਦਾ ਅਧਿਕਾਰ ਸਾਰੇ ਮਨੁੱਖਾਂ ਨੂੰ ਕਾਨੂੰਨ ਸਾਹਮਣੇ ਬਰਾਬਰ ਸਮਝਣਾ ਰਾਜਨੀਤਿਕ ਸੁਤੰਤਰਤਾ ਦੇਣੀ ਵੋਟ ਪਾਉਣ ਦੇ ਅਧਿਕਾਰ ਦੇਣੀ ਮੌਲਿਕ ਕਰਤਵ ਅਤੇ ਅਧਿਕਾਰ ਦੇਣੇ ਸਮਾਜਿਕ ਸੁਰੱਖਿਆ ਕਲਿਆਣਕਾਰੀ ਰਾਜ ਦਾ ਉਦੇਸ਼ ਹੈ ਕਿ ਸਮਾਜਿਕ ਸੁਰੱਖਿਆ ਆਪਣੇ ਨਾਗਰਿਕਾਂ ਨੂੰ ਪ੍ਰਦਾਨ ਕਰਨੀ ਬਿਨਾਂ ਕਿਸੇ ਰੋਕ ਟੋਕਦੇ ਉਹ ਉਸ ਦੇਸ਼ ਦੇ ਜਿਹੜੇ ਨਾਗਰਿਕ ਨੇ ਉਹ ਸਰਬਜਨਕ ਪਬਲਿਕ ਪਲੇਸਿਸ ਦੇ ਉੱਤੇ ਜਾ ਸਕਣ ਅਤੇ ਜਿਹੜਾ ਹੈ ਸਾਰੇ ਜਿਹੜੇ ਪੇਤ ਪਾਪ ਦੂਰ ਕਰਕੇ ਉਹਨਾਂ ਨੂੰ ਸਮਾਜਿਕ ਸੁਰੱਖਿਆ ਦੇਣੀ ਪੇਤ ਪਾਪ ਕੋਈ ਵੀ ਹੋ ਸਕਦਾ ਰੰਗ ਜਾਤ ਧਰਮ ਦੇ ਆਧਾਰ ਤੇ ਦੂਜੇ ਰਾਜਾਂ ਨਾਲ ਮਿੱਤਰਤਾ ਸਬੰਧ ਸਥਾਪਿਤ ਕਰਨੇ ਕਲਿਆਣਕਾਰੀ ਰਾਜ ਦਾ ਉਦੇਸ਼ ਦੂਜੇ ਦੇਸ਼ਾਂ ਦੇ ਨਾਲ ਮਿੱਤਰਤਾ ਸਬੰਧ ਸਥਾਪਿਤ ਕਰਨਾ ਵੀ ਹੈ ਕल्याणकारी ਰਾਜ ਸੰਸਾਰ ਵਿੱਚ ਸ਼ਾਂਤੀ ਬਣਾਈ ਰੱਖਣੀ ਸਦਾ ਯਤਨਸ਼ੀਰ ਰੰਦਾਤਾ ਮਤਲਬ ਫਰੈਂਡਸ਼ਿਪ ਕਰਕੇ ਰੱਖਦਾ ਦੋ ਜਿਹੜੇ ਹੈ ਬਾਰਲੀਆ ਗੱਟਰੀਆਂ ਨਾਲ ਤਾਂ ਕਿ ਉਹ ਹਮਲਾ ਨਾ ਕਰਨ ਅਤੇ ਕੋਈ ਵੀ ਅਗਰ ਕਿਤੇ ਵੀ ਇਨਵੈਂਸ਼ਨ ਹੁੰਦੀ ਹੈ ਤਾਂ ਸਾਰੇ ਦੇਸ਼ਾਂ ਨੂੰ ਪਤਾ ਲੱਗੇ ਅਤੇ ਉਹਨਾਂ ਦੀ ਵੀ ਟੈਕਨੋਲੋਜੀ ਜਿਹੜੀ ਹੈ ਹਰੇਕ ਚੀਜ਼ ਡਿਵੈਲਪ ਹੋਵੇ ਖੁੱਲੇ ਵਪਾਰ ਦੀ ਨੀਤੀ ਹੁਣ ਖੁੱਲੇ ਵਪਾਰ ਦੀ ਨੀਤੀ ਤੋਂ ਕੀ ਪਾਵੈ ਗੈਰ ਦਖਲ ਲੈਸ ਫੇਅਰ ਜਿਹੜਾ ਹੈ ਇਕ ਫ੍ਰਾਂਸੀ ਸ਼ਬਦ ਹੈ ਇਸ ਦਾ ਅਰਥ ਹੈ ਮਨੁੱਖ ਨੂੰ ਕੱਲਾ ਛੱਡ ਦੋ ਅਤੇ ਰਾਜ ਜਿਹੜਾ ਹੈ ਮਨੁੱਖ ਦੇ ਕੰਮਾਂ ਨੂੰ ਘੱਟ ਤੋਂ ਘੱਟ ਕੰਟਰੋਲ ਕਰੇ ਖੁੱਲਾ ਛੱਡ ਦੋ ਗੈਰ ਦਖਲੀ ਦਾ ਸਿਧਾਂਤ ਜਿਹੜਾ ਹੈ ਲੈਸ ਫੇਅਰ ਕਹੋਦੇ ਹਨ ਪੁਲਿਸ ਰਾਜ ਤੋਂ ਕੀ ਭਾਵ ਹੈ ਕਿ ਪੁਲਿਸ ਜਿਹੜੀ ਹੈ ਲੈਸ ਲੈਸਰ ਸਫੇਅਰ ਨੂੰ ਜਿਹੜਾ ਹੈਗਾ ਪੁਲਿਸ ਰਾਜ ਕਿਹਾ ਜਾਂਦਾ ਹੈ ਜਿਸ ਦੇ ਤਹਿਤ ਰਾਜ ਦਾ ਕੰਮ ਸਿਰਫ ਮਨੁੱਖ ਦੀ ਬਾਰੇ ਹਮਲਿਆਂ ਤੋਂ ਰੱਖਿਆ ਕਰਨੀ ਹੈ ਕਾਨੂੰਨੀ ਵਿਵਸਥਾ ਬਣਾ ਕੇ ਰੱਖਣੀ ਹੈ ਵਿਅਕਤੀਆਂ ਦੇ ਜੀਵਨ ਅਤੇ ਸੰਪਤੀ ਦੀ ਸੁਰੱਖਿਆ ਕਰਨੀ ਅਦਰਵਾਇਜ਼ ਉਸ ਦੀ ਨਿੱਜੀ ਸੁਤੰਤਰਤਾ ਉਸ ਨੂੰ ਦੇਣੀ ਹੈ ਤਾਂ ਕਿ ਉਹ ਆਪਣਾ ਵੱਧ ਤੋਂ ਵੱਧ ਕਲਿਆਣ ਕਰ ਪਾਵੇ ਉਸ ਤੋਂ ਬਾਅਦ 8th 9th ਚੈਪਟਰ ਆਪਾਂ ਨੈਕਸਟ ਵੀਡੀਓ ਚ ਕਰਦੇ ਆਂ ਸੋ ਥੈਂਕ ਯੂ ਸੋ ਮੱਚ